ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਚੜ੍ਹਦੇ ਕਲਾ ਵਿੱਚ ਹੋਵੋਗੇ ਅਸੀਂ ਅਮਨ ਸਵਾਗਤ ਕਰਦੇ ਹਾਂ ਆਪਣੇ ਚੈਨਲ ਪੰਜਾਬੀ ਟੂਰਿਸਟ ਕਪਲ ਤੇ ਅੱਜ ਅਸੀਂ ਜਾ ਰਹੇ ਹਾਂ ਤੁਹਾਨੂੰ ਲੈ ਕੇ ਫਤਿਹਾਬਾਦ ਇੱਕ ਕਸਬਾ ਹੈ ਜੀ ਜੋ ਕਿ ਤਰਨ ਤਾਰਨ ਗੋਇੰਦਵਾਲ ਸਾਹਿਬ ਰੋਡ ਤੇ ਪੈਂਦਾ ਹੈ ਇਹੀ ਰੋਡ ਅੱਗੇ ਅਗਰ ਆਪਾਂ ਸੁਲਤਾਨਪੁਰ ਸਾਹਿਬ ਜਾਣਾ ਹੋਵੇ ਜਾਂ ਕਪੂਰਥਲੇ ਜਾਣਾ ਹੋਵੇ ਤਾਂ ਵੀ ਆਪਾਂ ਐਸੇ ਰੋਡ ਥਰੂ ਹੀ ਜਾ ਸਕਦੇ ਹਾਂ ਇਹ ਰੋਡ ਤਰਨ ਤਾਰਨ ਸਾਹਿਬ ਤੋਂ ਆ ਰਹੀ ਹੈ ਤਕਰੀਬਨ 20 ਕਿਲੋਮੀਟਰ ਇੱਥੋਂ ਤਰਨ ਤਾਰਨ ਹੈ ਅਤੇ ਅੱਗੇ ਰੋਡ ਗੋਇੰਦਵਾਲ ਸਾਹਿਬ ਜਾ ਰਹੀ ਹੈ ਤਕਰੀਬਨ 5 ਕਿਲੋਮੀਟਰ ਇੱਥੋਂ ਗੋਇੰਦਵਾਲ ਸਾਹਿਬ ਹੈ ਇਹ ਹੈਗਾ ਜੀ ਫਤਿਹਾਬਾਦ ਦਾ ਮੇਨ ਬਾਜ਼ਾਰ ਅੱਜ ਪਹਿਲਾ ਐਤਵਾਰ ਹੋਣ ਕਰਕੇ ਬਾਜ਼ਾਰ ਬੰਦ ਹੈਗਾ ਹੈ ਫਤਿਹਾਬਾਦ ਮੇਨ ਮਸ਼ਹੂਰ ਹੈ ਜੀ ਇੱਥੋਂ ਦੇ ਦੋ ਇਤਿਹਾਸਕ ਦਰਵਾਜ਼ਿਆਂ ਕਰਕੇ ਉਹ ਵੀ ਅਸੀਂ ਅੱਜ ਦੇਖਾਂਗੇ ਅਤੇ ਇਤਿਹਾਸ ਵੀ ਤੁਹਾਨੂੰ ਦੱਸਾਂਗੇ ਬਾਕੀ ਇੱਥੇ ਇੱਕ ਪਕੌੜਿਆਂ ਦੀ ਦੁਕਾਨ ਹੈ ਅੰਕਲ ਜੀ ਦੀ ਤਕਰੀਬਨ 22-23 ਸਾਲ ਪੁਰਾਣੀ ਦੁਕਾਨ ਹੈ ਉਹਨਾਂ ਦੇ ਪਕੌੜੇ ਵੀ ਬਹੁਤ ਮਸ਼ਹੂਰ ਨੇ ਅੱਜ ਅਸੀਂ ਉਹਨਾਂ ਕੋਲ ਵੀ ਜਾਵਾਂਗੇ ਉਹਨਾਂ ਦੇ ਪਕੌੜੇ ਆਪ ਟਰਾਈ ਕਰਾਂਗੇ ਅਤੇ ਤੁਹਾਨੂੰ ਵੀ ਦੱਸਾਂਗੇ ਕਿ ਕਿਸ ਤਰ੍ਹਾਂ ਦੇ ਅੰਕਲ ਜੀ ਪਕੌੜੇ ਬਣਾਉਂਦੇ ਨੇ ਇਹ ਜੀ ਸਭ ਤੋਂ ਪੁਰਾਣੀ ਅਤੇ ਮਸ਼ਹੂਰ ਇੱਥੇ ਫਤਿਹਾਬਾਦ ਦੇ ਵਿੱਚ ਪਕੌੜਿਆਂ ਦੀ ਦੁਕਾਨ ਮਿੰਟੂ ਦੀ ਹੱਟੀ ਕਿੰਨੀ ਪੁਰਾਣੀ ਅੰਕਲ ਜੀ ਦੁਕਾਨ ਆਪਣੀ 22 ਸਾਲ ਪੁਰਾਣੀ ਹੈ ਜੀ ਸਮੋਸੇ ਇਹਨਾਂ ਦੇ ਬਹੁਤ ਹੀ ਮਸ਼ਹੂਰ ਬ੍ਰੈਡ ਪਕੌੜੇ ਗੋਭੀ ਦੇ ਪਕੌੜੇ ਸਮੋਸੇ ਹਰ ਚੀਜ਼ ਇਹਨਾਂ ਕੋਲ ਅਵੇਲੇਬਲ ਮਿਲਦੀ ਹੈ ਜੀ ਆਸ ਪਾਸ ਦੇ ਸਾਰੇ ਪਿੰਡਾਂ 'ਚੋਂ ਗੋਇੰਦਵਾਲ ਸਾਹਿਬ ਤੋਂ ਸਾਰੇ ਇੱਥੇ ਖਾਣ ਪੀਣ ਆਉਂਦੇ ਨੇ ਜੀ ਆਹ ਸਮੋਸਿਆਂ ਦੇ ਵਿੱਚ ਫਿਲਿੰਗ ਕਰ ਰਹੇ ਨੇ ਪੂਰਾ ਫਰੈਸ਼ ਸਮਾਨ ਬਣਾਉਂਦੇ ਨੇ ਕਿੰਨੇ ਚਿਰ ਤੋਂ ਆ ਰਹੇ ਹੋ ਭਾਈ ਸਾਹਿਬ ਤੁਸੀਂ ਇੱਥੇ ਕੀ ਬਾਤ ਹੈ ਕਿਵੇਂ ਦਾ ਸਵਾਦ ਹੈ ਇਹਨਾਂ ਦਾ ਬਿਲਕੁਲ ਵਧੀਆ ਜੀ ਫਰੈਸ਼ ਚੀਜ਼ ਪੂਰੀ ਫਰੈਸ਼ ਚੀਜ਼ ਵਾਜਬ ਰੇਟ ਚਲੋ ਬਹੁਤ ਵਧੀਆ ਜੀ ਬਹੁਤ ਵਧੀਆ ਕਿਹੜੀ ਕੀ ਕੀ ਚੀਜ਼ ਮਿਲਦੀ ਹੈ ਅੰਕਲ ਜੀ ਆਪਣੇ ਕੋਲ ਇੱਥੇ ਆਪਣੇ ਕੋਲ ਸਮੋਸੇ ਮਿਲਦੇ ਜੀ ਵਧੀਆ ਫਰੈਸ਼ ਮਾਲ ਪਨੀਰ ਪਕੌੜੇ ਬ੍ਰੈਡ ਪਕੌੜਾ ਅੱਛਾ ਜੀ ਗੋਭੀ ਆਏ ਪਾਲਕ ਵਾਲੇ ਟਿੱਕੀਆਂ ਕੋਲਡ ਡਰਿੰਕ ਸਾਰੀ ਦਹੀਂ ਪਨੀਰ ਤੁਸੀਂ ਜੇ ਇੱਥੇ ਆ ਰਹੇ ਹੋ ਜੀ ਲਾਗੇ ਗੋਇੰਦਵਾਲ ਸਾਹਿਬ ਤੇ ਫਤਿਹਾਬਾਦ ਜ਼ਰੂਰ ਆਓ ਜੀ ਭਾਈ ਸਾਹਿਬ ਕੋਲ ਦੁਕਾਨ ਦਾ ਨਾਂ ਮਿੰਟੂ ਦੀ ਹੱਟੀ ਤੇ ਪਕੌੜੇ ਟਰਾਈ ਕਰਕੇ ਜਾਓ ਇਹਨਾਂ ਦੇ ਸਮੋਸੇ ਟਰਾਈ ਕਰਕੇ ਜਾਓ ਜੀ ਅੰਕਲ ਦਾ ਬਹੁਤ ਹੀ ਵਧੀਆ ਨੇਚਰ ਹੈ ਤੇ ਜ਼ਰੂਰ ਇੱਥੇ ਇੱਕ ਵਾਰੀ ਵਿਜ਼ਿਟ ਕਰੋ ਜੀ ਇੱਥੋਂ ਦਾ ਬਹੁਤ ਇਤਿਹਾਸਿਕ ਦਰਵਾਜ਼ਾ ਹੈਗਾ ਜਿਹਨੂੰ ਦੇਖਣ ਅਸੀਂ ਉੱਪਰ ਜਾ ਰਹੇ ਹਾਂ ਤੇ ਤੁਹਾਨੂੰ ਵੀ ਦਿਖਾਵਾਂਗੇ ਉੱਪਰ ਜਾ ਕੇ ਇਹ ਅਸੀਂ ਹੁਣ ਜਾ ਰਹੇ ਹਾਂ ਜੀ ਇਸ ਵਿਸ਼ਾਲ ਦਰਵਾਜ਼ੇ ਦੇ ਅੰਦਰ ਇਹਦੇ ਉੱਪਰ ਇਹ ਦਾ ਰਸਤਾ ਹੈ ਜੀ ਜੋ ਸੜਕ ਦਾ ਲੈਵਲ ਆ ਉੱਪਰ ਹੋਣ ਕਰਕੇ ਤੇ ਇਹ ਹੁਣ ਆ ਦੇਖੋ ਆ ਨੀਵਾਂ ਬਹੁਤ ਆ ਪਹਿਲਾਂ ਸੜਕਾਂ ਦਾ ਲੈਵਲ ਕੁਛ ਉੱਥੇ ਹੋਏਗਾ ਪਰ ਹੁਣ ਸੜਕਾਂ ਦਾ ਲੈਵਲ ਉੱਪਰ ਹੋ ਗਿਆ ਹੈ ਜਿਹਦੇ ਕਰਕੇ ਤਕਰੀਬਨ 14 ਫੁੱਟ ਹੈ ਹੁਣ ਨੀਚੇ ਵੱਲ ਹੈ ਇਹ ਆਪਾਂ ਇੱਕ ਬਹੁਤ ਹਨੇਰਾ ਹੈ ਇੱਥੇ ਇਹ ਆ ਗਏ ਹਾਂ ਉੱਪਰ ਹਨੇਰਾ ਇੱਥੇ ਜ਼ਿਆਦਾ ਹੈ ਉਸ ਕਰਕੇ ਜਿਹੜੀ ਇੱਥੋਂ ਦੀ ਖੂਬਸੂਰਤੀ ਹੈ ਉਹ ਹਨੇਰੇ ਜਸਟਿਸ ਨਹੀਂ ਕਰ ਪਾ ਰਹੀ ਇਹ ਉਹ ਗਲੀ ਹੈ ਜਿੱਥੋਂ ਅਸੀਂ ਨਿਕਲੇ ਸੀ ਹੁਣੇ ਇਹ ਆਸ ਪਾਸ ਲੋਕਾਂ ਦੇ ਘਰ ਨੇ ਅਜੇ ਹੋਰ ਵੀ ਉੱਪਰ ਜਾਵਾਂਗੇ ਆਪਾਂ ਇੱਧਰੋਂ ਪੌੜੀਆਂ ਤੋਂ ਅਸੀਂ ਆਏ ਸੀ ਇਹ ਬਾਹਰ ਗਲੀ ਨਜ਼ਰ ਆ ਰਹੀ ਹੈ ਇੱਥੋਂ ਇਹ ਇੱਥੋਂ ਪੌੜੀਆਂ ਤੋਂ ਅਸੀਂ ਹੋਰ ਉੱਪਰ ਜਾ ਸਕਦੇ ਹਾਂ ਪੌੜੀਆਂ ਦੇਖ ਸਕਦੇ ਹਾਂ ਬਹੁਤ ਉੱਚੀਆਂ ਉੱਚੀਆਂ ਪੌੜੀਆਂ ਵੀ ਨੇ ਇਹ ਆ ਗਏ ਆ ਜੀ ਕਿਲੇ ਦੇ ਬਿਲਕੁਲ ਉੱਪਰ ਹਰ ਤਰੀਕੇ ਦੇ ਘਰ ਨੇ ਜੀ ਆਸ ਪਾਸ ਕੁਛ ਘਰ ਮਾਡਰਨ ਨੇ ਕੁਛ ਘਰ ਪੁਰਾਣੇ ਨੇ ਥੰਬ ਬਣੇ ਹੋਏ ਨੇ ਉੱਪਰ ਜੋ ਆਸ ਪਾਸ ਦੇ ਲੋਕਾਂ ਕੋਲੋਂ ਇਹਦੇ ਇਤਿਹਾਸ ਬਾਰੇ ਜਾਣਕਾਰੀ ਲਈ ਗਈ ਹੈ ਉਹ ਇਸ ਮੁਤਾਬਿਕ ਹੈ ਕਿ ਇਹ ਨਾ ਪਹਿਲਾਂ ਦਿੱਲੀ ਲਾਹੌਰ ਹਾਈਵੇ ਸੀ ਦਿੱਲੀ ਲਾਹੌਰ ਦਾ ਮੇਨ ਮਾਰਗ ਜਿਹਦੇ ਥਰੂ ਅਕਬਰ ਜਹਾਂਗੀਰ ਬਾਦਸ਼ਾਹ ਨਿਕਲਦੇ ਸੀ ਸ਼ੇਰ ਸ਼ਾਹ ਸੂਰੀ ਰੋਡ ਨੂੰ ਕਿਹਾ ਜਾਂਦਾ ਸੀ ਕਰੋ ਜੀ ਗੁਰਦੁਆਰਾ ਗੁਰੂ ਨਾਨਕ ਪੜਾਓ ਸਾਹਿਬ ਜੋ ਕਿ ਇੱਥੇ ਫਤਿਹਾਬਾਦ ਵਿਖੇ ਸਥਿਤ ਹੈ ਇਸ ਸਥਾਨ ਨੂੰ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਚਰਨ ਛੂਹ ਪ੍ਰਾਪਤ ਹੈ ਜੀ ਗੁਰੂ ਨਾਨਕ ਪਾਤਸ਼ਾਹ ਜਦੋਂ ਜਗਤ ਜਲੰਦੇ ਨੂੰ ਤਾਰਨ ਦੇ ਲਈ ਭਾਈ ਮਰਦਾਨੇ ਨੂੰ ਨਾਲ ਲੈ ਕੇ ਸੁਲਤਾਨਪੁਰ ਸਾਹਿਬ ਤੋਂ ਤੁਰੇ ਤਾਂ ਪਹਿਲਾਂ ਉਹਨਾਂ ਨੇ ਬਿਆਸ ਦਰਿਆ ਦੇ ਥੇ 'ਤੇ 3 ਦਿਨ 3 ਰਾਤਾਂ ਠਹਿਰੇ ਫਿਰ ਉਹ ਗੋਇੰਦਵਾਲ ਸਾਹਿਬ ਵਿਖੇ ਵਸਣ 'ਤੇ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਗੋਇੰਦਵਾਲ ਸਾਹਿਬ ਤੋਂ ਤੁਰ ਕੇ ਉਹ ਇੱਥੇ ਜਦੋਂ ਫਤਿਹਾਬਾਦ ਆਏ ਅਤੇ ਫਤਿਹਾਬਾਦ ਉਹਨਾਂ ਨੇ ਇੱਕ ਰਾਤ ਬਤੀਤ ਕੀਤੀ
एक रात बतीत करने तो बाद फिर उन्होंने अपने चाले सुल्तानवेंड जो कि अमृतसर विखे है वो वल पा ले। यह जी दूसरा गेट फतेहाबाद का जिहड़ा आप पहला देख रहे हैं पहला गेट से वो साइज के वो वड्डा सी इहदा साइज छोटा है गेट का आओ तुसीं इत्थे देख सकते हैं इहदे उपर जाण का भी रस्ता नहीं हैगा जिहड़ा पहला गेट वेख्या सी उहदा उपर जाण का भी रस्ता सी। यह गेट साइज के उहदे नालों छोटा है पर खूबसूरती यह गेट की गेट आप ही बयान करता है बहुत कुछ यह गेट अपने विच लुकाई बैठे ने। आ तुसीं देख सकते हैं आ इत्थे पुराने जमाने जिहड़े नलके यूज हुंदे सी नलके भी ये पानी अज भी इहदे विचों बिल्कुल बिल्कुल जी पानी अज भी इन्हां चों आउंदा है नानकशाह इट्टा दे नाल सब कुछ बनिया है। इह हुण तुहानूं हरमन नलका गेट के दिखा रही है वाह जी वाह इहनां दा जिहड़ा पानी है वह बिल्कुल ही शुद्ध पानी है जिहड़े आपां अजकल फिल्टर ला के पानी पीने हैं जां कुछ आ पर जिहड़ा इहनां दे विचों मिठास भरिया पानी सी उह इहनां दी रीस कोई भी फिल्टर नहीं कर सकता। यह शाम के समय इतने इन्होंने जेडे लोगों के बैठने वास्ते भी थड़ा बनाया हुआ है इतने शाम के समय पूरी लोगों की महफिल लगती है लोग आपस के गल्ला बातें करते हैं गेट के थले बैठते हैं क्योंकि इतने ना जे वैसे धुप है सारे पास पर जो आप थले आए हैं तो इतने अलग ही तरह की ठंडक महसूस हो रही है इतने जो टैंपरेचर है वह बाहर नालों घट है। यह जी फतेहाबाद की मस्जिद बड़ी पुरानी तो इतिहासिक मस्जिद है जी यह भी जिथे मुसलमान वीर अपनी नमाज अदा करते हैं तो इतने नाल ही उन्होंने अपने रहने वास्ते भी कमरे वगैरह पाए हुए ने। यह हम तुम देख रहे हो जी फतेहाबाद का पूरे शहर का एरियल व्यू जिदे लगभग पूरा शहर ही नज़र आ रहा है शहर दियाँ हद्दां जिथों जिथों तक ने वह सारिया ही नज़र आ रही ने चारे पास्यों। असीं पहुँच गए अपने शहर तरन तारण साहब उम्मीद करते हैं तुम्हें वीडियो चंगी लगी होगी जी इस वीडियो को लाइक करो सबसक्राइब करो शेयर करो बैल आइकन प्रेस करो अपनी ड्यूटी निभाओ तो तुम फिर मिलते हैं किसी नवे जगह दे विच किसी नवे वीडियो दे विच किसी नवे थां ते कुछ नवा एक्सपीरियंस करते हुए। सत श्री अकाल जी।